गुड मॉर्निंग संगत, लाइव प्रोग्राम देख रहे सारे ही देश विदेश विच बैठे श्रोतियां नूं गगनदीप सिंह आनंदपुरी वालों प्यार भरी सत श्री अकाल। अज 9 नवंबर 2021 देसी महीने की 24 कत्तक। सुरखियां तो पहला तुहाडे नाल असी रूबरू करवा दिए। अज साडे स्टूडियो दे विच साडे नाल हाजर ने बलविंदर सिंह जी जम्मू ते डॉक्टर खुशहाल सिंह जी। सत श्री अकाल जी। सत श्री अकाल जी। हाँ जी, तुहानू प्रोग्राम दे विच दस दईए कि यह लाइव प्रोग्राम है। इस लाइव प्रोग्राम दे विच तुसी भी साडे नाल जुड़ सकदे हो अते कॉल करके ते तुसी भी अपने जिहड़े सवाल जवाब तुसी लै सकदे हो। हाँ जी सर, सर अज दा जिहड़ा सब तो वड्डा सवाल है ते सब तो पहला जिहड़ा साडा सवाल है, मैं डॉक्टर खुशहाल जी नूं पुछूंगा। ते डॉक्टर गुरु गोबिंद सिंह जी दे जिहड़ा ज्योति जोत पुरब दा जिहड़ा अज अवसर है ते इस दे इस इतिहास बारे थोड़े जिहे अपने विचार ते इतिहास दी जिहड़ी आ झात उह साडे दर्शकां दे नाल सांझी करो। गगनदीप जी, अज दे इस जिहड़ा ज्योति जोत सरूप है सारे संत दा जिहड़ा है इहदे वल सानूं जिहड़ा खास तौर दे उत्ते देखणा पैंदा है कि इह जिहड़ा गुरु साहिब जी दा समां गुरु काल है। हाँ जी, जिहदा समां लगभग 239 साल बनता है गुरु नानक साहब जी तो शुरू होकर 1708 के गुरु साहब जी के ज्योति जोत समाउण तक का। ये गुरु जी ने देह दे रूप में विचर के इत्थे संगतां नूं जिहड़ा जगत नूं उधार किया है ते अज दे दिन जिहड़ा आ ओह खालसा पंथ है जिहड़ा देह रूप जिहड़े गुरु का देह रूप एक गुरु ने दो रूपां दे विच काम करना हुंदा है, एक जोत रूप ज्ञान का रूप है, दूजा जिहड़ा वर्किंग क्रिया दे विच है वह देह काम करती है शरीर काम करता तो शरीरक तौर पर गुरु साहब जी ने अपने आप ज्योति जोत समा के तो उस तो बाद जिहड़ा वड्डा कारज है पंथ नूं जिहड़ा सौंप दिता। इस तो पहला हालांकि जो 1699 नूं खालसा पंथ की सिरजना हुई है उस समय गुरु साहब जी ने अपने आप नूं पंज प्यारियां दे जिहड़ा वह कर दिता सीगा हवाले ਅਤੇ ਉੱਥੇ ਡਿਊਟੀ ਲਾ ਦਿੱਤੀ ਸੀਗੀ ਕਿ ਗੁਰੂ ਸਾਹਿਬ ਜੀ ਦੇ ਹੁੰਦਿਆਂ ਹੋਇਆਂ ਹੀ ਜਿਹੜਾ ਆ ਗੁਰੂ ਪੰਥ ਦਾ ਜਿਹੜਾ ਕੰਮ ਹੈਗਾ ਦੇਹ ਦਾ ਗੁਰੂ ਦਾ ਕੰਮ ਹੈ ਉਹ ਗੁਰੂ ਪੰਥ ਦੀ ਜ਼ਿੰਮੇਵਾਰੀ ਲਾਈ। ਉਹਦੇ ਵਿੱਚ ਗੁਰੂ ਸਾਹਿਬ ਜੀ ਨੇ 2-3 ਵਾਰੀ ਟੈਸਟ ਵੀ ਕੀਤਾ ਹੈਗਾ ਖਾਲਸਾ ਪੰਥ ਨੂੰ, ਉਹ ਚਮਕੌਰ ਦੀ ਗੜੀ ਦੇ ਵਿੱਚ ਵੀ ਹੈਗਾ ਆ ਜਦੋਂ ਗੁਰੂ ਸਾਹਿਬ ਜੀ ਦੀ ਦਾ ਹੁਕਮ ਹੈ ਜਿਹੜਾ ਗੁਰੂ ਸਾਹਿਬ ਜੀ ਖਾਲਸਾ ਪੰਥ ਦਾ ਹੁਕਮ ਹੈ ਜਿਹੜਾ ਉਹ ਮੰਨਦੇ ਆ। ਉਸ ਤੋਂ ਪਹਿਲਾਂ ਜਿਹੜਾ ਇੱਕ ਪੀਰ ਦੇ ਸਾਹਮਣੇ ਜਿਹੜਾ ਆ ਉਹ ਸਜਦਾ ਕਰਨ ਨੂੰ ਲੈ ਕੇ ਵੀ ਜਿਹੜਾ ਆ ਗੁਰੂ ਪੰਥ ਜੀ ਉਹਨਾਂ ਨੂੰ ਇੱਕ ਕਿਸਮ ਦਾ ਸਵਾਲ ਕਰਦਾ ਹੈਗਾ। ਹਾਂਜੀ, ਸੋ ਇਹਦੇ ਵਿੱਚ ਜਿਹੜਾ ਮੇਨ ਹੈ ਕਿ ਉਸ ਤੋਂ ਬਾਅਦ ਜਿਹੜਾ ਸਮਾਂ ਆ ਗੁਰੂ ਦੀ ਜਿਹੜੇ ਦੇਹ ਦੇ ਵਿੱਚ ਮੌਜੂਦਗੀ ਤੋਂ ਬਿਨਾਂ ਗੁਰੂ ਨੇ ਕਿਸ ਤਰ੍ਹਾਂ ਉਹ ਜਿਹੜੀ ਆ ਗੁਰੂ ਪੰਥ ਨੇ ਅਗਵਾਈ ਕਰਨੀ ਹੈ ਅਤੇ ਜੋਤ ਸਰੂਪ ਜਿਹੜਾ ਗੁਰੂ ਗਿਆਨ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਗੱਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਜੀ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜੇ ਆ ਦੇ ਜਾਂਦੇ ਆ। ਹਾਂਜੀ ਹਾਂਜੀ, ਇੱਥੇ ਅਸੀਂ ਦੇਖਣਾ ਸਾਰੇ ਗੁਰੂ ਕਾਲ ਦੇ ਵਿੱਚ ਵੀ ਜਿਹੜਾ ਉਮਰ ਦਾ ਕਿਹਾ ਜਾਂਦਾ ਆ, ਹਾਲਾਂਕਿ ਗੁਰਬਾਣੀ ਵਿੱਚ ਵੀ ਆਉਂਦਾ ਹੈ ਜ਼ਿਆਦੀ ਉਮਰ ਦਾ ਜਿਹੜਾ ਬੰਦਾ ਆ ਉਹਦੇ ਬਾਰੇ ਵੀ ਹੈਗਾ ਆ, ਬੱਚਿਆਂ ਦੀ ਵਿੱਚ ਹੈਗਾ ਆ, ਲੇਕਿਨ ਇਹਦੇ ਵਿੱਚ ਜਿਹੜੀ ਗੁਰੂ ਕਾਲ ਦੇ ਵਿੱਚ ਅਸੀਂ ਦੇਖਿਆ ਕਿ ਸਭ ਤੋਂ ਛੋਟੀ ਉਮਰ ਦੇ ਗੁਰੂ ਹੈ ਜਿਹੜੇ ਗੁਰੂ ਹਰਕ੍ਰਿਸ਼ਨ ਜੀ ਬਣਦੇ ਹੈ। ਹਾਂਜੀ, ਅਤੇ ਸਭ ਤੋਂ ਵੱਡੀ ਉਮਰ ਦੇ ਜਿਹੜੇ ਗੁਰੂ ਹੈ ਉਹ ਗੁਰੂ ਅਮਰਦਾਸ ਜੀ ਬਣਦੇ ਆ। ਹਾਂਜੀ, ਉਮਰਾਂ ਦਾ ਕੋਈ ਇਹਦੇ ਵਿੱਚ ਲੇਖਾ ਜੋਖਾ ਨਹੀਂ ਹੈਗਾ, ਜਿਹੜਾ ਜੋਤ ਰੂਪ ਨੇ ਕੰਮ ਕਰਨਾ ਆ ਉਹ ਕਿਸੇ ਵਕਤ ਵੀ ਕਰ ਸਕਦੀ ਹੈ ਉਹਦੀ ਕੋਈ। ਗੁਰੂ ਸਾਹਿਬ ਜੀ ਗੁਰਬਾਣੀ ਵੀ ਲਿਖਦੇ ਹੈ ਅਤੇ ਸਾਡੇ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਆ, ਗੁਰੂ ਹਰਗੋਬਿੰਦ ਗੁਰੂ ਹਰ ਰਾਏ ਜੀ ਦਾ ਸਮਾਂ ਆ, ਗੁਰੂ ਹਰਕ੍ਰਿਸ਼ਨ ਜੀ ਹੈ, ਇਹ ਗੁਰੂ ਸਾਹਿਬਾਨ ਉਹ ਨੇ ਜਿਨ੍ਹਾਂ ਨੇ ਗੁਰਬਾਣੀ ਉਸ ਤਰ੍ਹਾਂ ਆਚਾਰੀ ਨਹੀਂ ਹੈਗੀ। ਹਾਂਜੀ, ਲੇਕਿਨ ਗੁਰੂ ਦੀ ਜਿਹੜੀ ਵਰਕਿੰਗ ਆ ਉਹਦੇ ਵਿੱਚ ਖਾਸ ਜਿਹੜਾ ਆ ਉਹ ਉਹਨਾਂ ਨੇ ਉਸ ਸਮੇਂ ਬਹੁਤ ਵੱਡੇ ਜਿਹੜਾ ਯੋਗਦਾਨ ਪਾਇਆ, ਉਹਨਾਂ ਨੇ ਬਹੁਤ ਤੌਰ 'ਤੇ ਪੰਥ ਨੂੰ ਅੱਗੇ ਵਧਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮੈਸੇਜ ਸੀਗਾ ਉਹਨੂੰ ਲੋਕਾਂ ਤੱਕ ਜਗਤ ਤੱਕ ਪਹੁੰਚਾਉਣ ਵਾਸਤੇ ਜਿਹੜੇ ਆ ਉਹ ਉਪਰਾਲੇ ਕੀਤੇ ਹੈਗੇ ਗੁਰੂ ਸਾਹਿਬ ਜੀ ਦਾ। ਅੱਜ ਦਾ ਜਿਹੜਾ ਅੱਜ ਦੇ ਦਿਨ ਉਹ ਜੋਤੀ ਜੋਤ ਸਮਾਏ ਨੰਦੇੜ ਦੀ ਧਰਤੀ ਦੇ ਉੱਤੇ। ਹਾਂਜੀ, ਅਤੇ ਉਹਨਾਂ ਦਾ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਅਸੀਂ ਜਾਣਦੇ ਹਾਂ ਇਤਿਹਾਸ ਦਾ ਇੱਕ ਹਿੱਸਾ ਹੈਗਾ ਆ ਕਿ ਗੁਰੂ ਸਾਹਿਬ ਜੀ ਦੇ ਉੱਤੇ ਹਮਲਾ ਹੁੰਦਾ ਆ। ਹਾਂਜੀ, ਅਤੇ ਉਹ ਹਮਲਾ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਇਲਾਜ ਕੀਤਾ ਜਾਂਦਾ ਹੈ, ਉਸ ਸਮੇਂ ਜਿਹੜਾ ਬਹਾਦਰ ਸ਼ਾਹ ਉਹਦੇ ਵੱਲੋਂ ਭੇਜੇ ਜਾਂਦੇ ਆ ਜਿਹੜੇ ਖਾਸ ਬਾਹਰਲੀ ਐਜੂਕੇਸ਼ਨ ਲੈ ਕੇ ਜਿਹੜੇ ਸਿਹਤ ਨੂੰ ਦੇ ਜਿਹੜੇ ਵਿਸ਼ੇਸ਼ ਕਰਮ ਹੈਗੇ ਆ ਲੋਕ ਹੈ, ਡਾਕਟਰ ਕਹੀਏ ਵੈਦ ਕਹੀਏ
हकीम जिहड़े आ उह उहनां दा इलाज करदे आ ते इलाज भी उहनां दा हो जांदा आ ते बाद विच जदों तीर कमान की प्रैक्टिस कर लगते हैं तो उन्होंने जोड़ा वो टांके आ खुल जाते हैं तो उस तो सारा कुछ गुरु साहब जी जिस तरीके परिक्रमा करके जो लोगों नवंजा जोड़े उन्होंने शब्द ने गे हाँ जी बवंजा हुक्मनामे हुक्मनामे कहा जाता लेकिन बवंजा वो वक् वक् जोड़े हदायत ने जड़िया पंथ न जारी करके गए ने कि आ मेरे तो बाद पंथ ने की करना है तो की नहीं करना सो वो साढ़े वास्ते बहुत सारा गुरु पंथ वास्ते बहुत महत्ता रखता है तो गुरु साहब जी का जोड़ा शरीरक रूप के देखा आ कि बहुत गुरु नानक साहब जी के समय गुरगद्दी गुरु अंगद देव जी ने दे दी लेकिन उन्होंने जो गुरगद्दी देती सारे पंथ ने यह हुक्म किया कि वह गुरु अज तो मैनू नहीं गुरु जेडे को गद्दी हैगी जिन्हों को जोत है उन्होंने जेडे सजदा करे वो होया भी पंथ ने इसका मनिया भी है सो ये सारा एक जोड़ा गुरु का हुक्म है वो कमाई किस तरह करनी हैगी है वो अज का दिन सू दसदा है तो गुरु का जोड़ा ज्ञान है उस गुरु का अज भी बहुत सारा साढ़े बच्चे बहुत व्डा है गुरु की बेदबी का इशू है हाँ जी कि शब्द गुरु है जोड़ा ज्ञान गुरु है वो कोई बेदबी कर सकता है हाँ जी कि वह बेदबी के घेरे च आता है हाँ जी कि गुरु साहब जी जोड़े है वो किसी पदार्थ दे कैद ने हाँ कैद किए जा सकते बहुत सारे सवाल ने जोड़े ज्ञान के रूप में गुरु साहब जी करने हैं तो गुरु साहब जी ने सू जे हुक्म किए है ਉਹਦੇ ਵਿੱਚ ਸਭ ਤੋਂ ਵੱਡੀ ਗੁਰੂ ਸਾਹਿਬ ਦੀ ਬੇਅਦਬੀ ਇਹ ਹੈ ਕਿ ਉਹਦਾ ਜਿਹੜਾ ਗਿਆਨ ਹੈ ਹਾਂਜੀ ਉਹਦੇ ਤੋਂ ਸਿੱਖਿਆ ਨਾ ਲੈਣੀ ਹਾਂਜੀ ਤੇ ਉਹਦੇ ਉੱਪਰਲੇ ਜਿਹੜਾ ਬਾਹਰੀ ਕਰਮਕਾਂਡ ਨੇ ਹਾਂਜੀ ਜਿਹੜੇ ਉਹਨਾਂ ਦੇ ਪ੍ਰਤੀ ਅਸੀਂ ਕਹੀ ਜਾਈਏ ਕਿਸੇ ਬੰਦੇ ਨੂੰ ਇਹ ਬਹੁਤ ਸਤਿਕਾਰ ਕਰਦਾ ਹੈ ਮੈਂ ਬਹੁਤ ਸਤਿਕਾਰ ਕਰਦਾ ਲੇਕਿਨ ਉਹਨਾਂ ਦੀ ਕਹੇ ਬਚਨ ਹੈ ਜਿਹੜੇ ਉਹ ਨਾ ਕਮਾਏ ਜਾਣ ਇਹ ਜਿਹੜਾ ਆ ਗੁਰੂ ਸਾਹਿਬ ਦੀ ਬੇਅਦਬੀ ਜ਼ਿਆਦਾ ਹੈਗੀ ਆ ਹਾਂਜੀ ਤੇ ਅਸੀਂ ਸਾਰੇ ਲੋਕ ਅਸੀਂ अचेत रूप दे विच इस तरह की अक्सर ही बेदबी करते हैं जो तुसी गुरु साहब जी के हुक्मां की पालना नहीं करते असी उन्होंने जो सानू ज्ञान दिता आ उहदे तो भज के जिहड़े बाहरले कर्मकांड ने उन्होंने ज़्यादा उन्होंने शिकार हो जाने ट्रैप च आ जाने हैं तो वह जिहड़ा साडा जिहड़ा गुरु का असल ज्ञान है जिहड़ा अक्सर मकसद है जिहदे पार कल्याण वास्ते साडे कोल इन्ना समा जिहड़ा 239 साल का समा उन्होंने लाया है ਸਾਡੇ ਵਾਸਤੇ ਕਿਉਂਕਿ ਉਹਨਾਂ ਨੇ ਜੀਵਨ ਦਾ ਹਰ ਪੱਖ ਹੈ ਜਿਹੜਾ ਹਾਂਜੀ ਉਹਦੇ ਵਿੱਚ ਜੀ ਕੇ ਲੋਕਾਂ ਨੂੰ ਦੱਸਿਆ ਆ ਅਸੀਂ ਸਾਰੇ ਗੁਰੂ ਹਰ ਕਿਸਮ ਜਿਹਦੇ ਕਾਰਜ ਨੇ ਬੰਦੇ ਦੇ ਉਹ ਕਰਦੇ ਹਰ ਧਰਮ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਹਾਂਜੀ ਜਿਹਨੂੰ ਬਾਣੀ ਵਿੱਚ ਵੀ ਵਾਰ ਲਿਖਿਆ ਆ ਅੰਜਨ ਮੈਂ ਨਿਰੰਜਨ ਰਹੀਏ ਹਾਂਜੀ ਇਸ ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਆ ਅਕਾਲ ਪੁਰਖ ਦੇ ਵਿੱਚ ਕਿਵੇਂ ਲੀਨ ਹੋਣਾ ਆ ਕਿਸ ਤਰ੍ਹਾਂ ਜਾਣਾ ਆ ਉਹ ਸਾਰਾ ਕੁਛ ਹੈ ਇਹ ਜਿਹੜਾ ਸੰਸਾਰ ਹੈ ਇਹਨੂੰ ਤਿਆਗ ਕੇ ਨਹੀਂ ਇਹਦੇ ਵਿੱਚ ਰਹਿੰਦਿਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਪਰਿਵਾਰ 'ਚ ਰਹਿੰਦਿਆਂ ਹੋਇਆਂ ਗ੍ਰਸਥ ਵਿੱਚ ਮਾਣਦਿਆਂ ਹੋਇਆਂ ਕਿਸ ਤਰ੍ਹਾਂ ਇੱਕ ਸਫਲ ਜੀਵਨ ਜੀਣਾ ਆ ਇੱਕ ਜਿਹੜਾ ਗੁਰੂ ਸਾਹਿਬ ਜਿਹੜਾ ਆਈਡੀਅਲ ਪੱਖ ਹੈਗਾ ਆ ਜਿਹਨੂੰ ਅਸੀਂ ਗੁਰਸਿੱਖ ਕਹਿ ਲਈਏ ਗੁਰਮੁਖ ਕਹਿ ਲਈਏ ਜਿਹੜਾ ਗੁਰੂ ਸਾਹਿਬ ਜੀ ਦਾ ਮੇਨ ਮਕਸਦ ਹੈ ਉਹ ਗੁਰਮੁਖ ਇੱਕ ਮਨੁੱਖ ਹੈ ਜਿਹੜੇ ਉਹਦੀ ਸਿਰਜਣਾ ਕਰਨਾ ਆ ਗੁਰਮੁਖ ਮਨੁੱਖ ਹੈ ਜਿਹੜਾ ਸੰਪੂਰਨ ਮਨੁੱਖ ਹੈ ਹਾਂਜੀ ਉਹ ਅਧੂਰਾ ਮਨੁੱਖ ਨਹੀਂ ਉਹ ਕੋਈ ਸਿਰਫ ਇੱਥੇ ਧਾਰਮਿਕ ਕਿਰਿਆ ਕਾਂਡਾਂ 'ਚ ਜਾਂ ਪੂਜਾ ਪਾਠ ਦੇ ਵਿੱਚ ਸਮਰਪਿਤ ਬੰਦਾ ਨਹੀਂ ਹੈਗਾ ਹਾਂਜੀ ਉਹਦੇ ਕਈ ਜੀਵਨ ਦੇ ਪੱਖ ਨੇ ਬਹੁਤ ਵੱਡਾ ਸਰਪੱਖੀ ਇੱਕ ਉਹਦਾ ਦਾਇਰਾ ਹੈਗਾ ਆ ਹਾਂਜੀ ਉਹਦੇ ਵਿੱਚ ਉਹ ਵਿਚਰਦਾ ਹੈਗਾ ਗੁਰਮੁਖ ਅਤੇ ਗੁਰਮੁਖ ਜਿਹੜਾ ਆ ਗੁਰਮੁਖ ਦੇ ਜੀਵਨ ਨੂੰ ਸਮਝਣਾ ਉਹ ਸਮਾਜ ਪ੍ਰਤੀ ਉਹਦੀਆਂ ਜ਼ਿੰਮੇਵਾਰੀਆਂ ਕੀ ਨੇ ਪੰਥ ਪ੍ਰਤੀ ਕੀ ਜ਼ਿੰਮੇਵਾਰੀਆਂ ਨੇ ਅਕਾਲ ਪੁਰਖ ਨੂੰ ਕਿਸ ਤਰ੍ਹਾਂ ਉਹਨਾਂ ਨੇ ਸਿਮਰਨਾ ਇਹ ਸਾਰੇ ਪੱਖਾਂ ਨੂੰ ਜਿਹੜਾ ਆ ਉਹ ਜਿਹੜਾ ਉਜਾਗਰ ਹੁੰਦੇ ਆ ਅਤੇ ਅੱਜ ਦੇ ਦਿਨ 'ਚ ਅਸੀਂ ਸਭ ਤੋਂ ਵੱਡੀ ਜਿਹੜੀ ਸਾਨੂੰ ਗੁਰੂ ਸਾਹਿਬ ਜੀ ਦੀ ਅਸੀਂ ਕਹੀਏ ਸ਼ਰਧਾ ਜਾਂ ਉਹਨਾਂ ਦੇ ਸ਼ਬਦ ਕਮਾਉਣਾ ਜਾਂ ਅਸੀਂ ਕਹੀਏ ਗੁਰੂ ਸਾਹਿਬ ਜੀ ਦਾ ਸਤਿਕਾਰ ਇਹ ਹੈ ਕਿ ਜੋ ਗੁਰੂ ਸਾਹਿਬ ਸਾਨੂੰ ਕਹਿ ਕੇ ਗਏ ਹੈ ਜਿਹੜਾ ਗਿਆਨ ਦੇ ਸਾਨੂੰ ਲੜ ਲਾ ਕੇ ਗਏ ਸ਼ਬਦ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਆ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਆਪਣੇ ਹੁੰਦਿਆਂ ਹੋਇਆ ਜਿਹੜੀ ਉਹ ਪ੍ਰਥਾ ਸੀ ਉਹਨੂੰ ਖਤਮ ਕਰਕੇ ਗਏ ਹੈ ਕਿ ਬਾਡੀ ਜਿਹੜੇ ਦੇਹ ਹੈ ਇਹ ਸੈਕੰਡਰੀ ਚੀਜ਼ ਹੈ ਜਿਹੜਾ ਗਿਆਨ ਹੈ ਜੋਤ ਹੈ ਇਹ ਪਹਿਲੀ ਚੀਜ਼ ਹੈ ਅਤੇ ਜੋਤ ਗਿਆਨ ਦੇ ਨੇੜੇ ਜਿਹੜੇ ਰਹਿ ਕੇ ਜਾਂ ਉਹਦੇ ਲੜ ਲੱਗ ਕੇ ਜਿਹੜਾ ਪਾਰ ਉਤਾਰਾ ਹੋਣਾ ਆ
जिहड़ा साडा असली मकसद है मनुख दा ਉਹ ਪੂਰਾ ਹੋਣਾ ਆ। ਹਾਂਜੀ ਸਰ, ਜਿਵੇਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਆ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਅਤੇ ਉਸੇ ਦੇ ਮੁਤਾਬਿਕ ਜਿਹੜੇ ਆ ਗੁਰੂ ਗੋਬਿੰਦ ਸਿੰਘ ਜੀ ਆ ਜਿਹੜੇ ਸ਼ਬਦ ਰੂਪੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਂਦੇੜ ਸਾਹਿਬ ਦੀ ਧਰਤੀ 'ਤੇ ਗੁਰਤਾਗੱਦੀ ਦਿਵਸ ਗੁਰਤਾਗੱਦੀ ਦੇ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੇ ਸਿੱਖਾਂ ਦੇ ਉਹ ਗੁਰੂ ਸੌਂਪ ਕੇ ਗਏ ਸਨ। ਹਾਂਜੀ, ਅੱਜ ਦੇ ਦਿਨ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਦਿਨ ਜਿਹੜਾ ਹੈਗਾ ਗੁਰੂ ਪੰਥ ਨੂੰ, ਵੇਖੋ ਗੁਰਗੱਦੀ ਦਾ ਦੋ ਕਾਰਜ ਨੇ ਪੰਥ ਦੇ ਵਿੱਚ, ਇੱਕ ਗ੍ਰੰਥ ਅਤੇ ਇੱਕ ਪੰਥ ਹੈ। ਹਮੇਸ਼ਾ ਹੀ ਸਾਡੇ ਸਮਾਜ ਨੂੰ ਜਿਹੜਾ ਇੱਕ ਖਾਸ ਸਾਜਿਸ਼ ਅਧੀਨ, ਹਾਂਜੀ, ਜਾਂ ਤਾਂ ਕੁਝ ਲੋਕ ਨੇ ਜਿਹੜੇ ਉਹਨੂੰ ਸਿਰਫ ਸ਼ਬਦ ਗੁਰੂ ਤੱਕ ਸੀਮਤ ਕਰਦੇ ਹੈ, ਉਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਹੀ ਇਕੱਲਾ ਗੁਰੂ ਹੈ। ਹਾਂਜੀ, ਗੁਰੂ ਗ੍ਰੰਥ ਸਾਹਿਬ ਜਿਹਦੀ ਤਾਬਿਆ ਵਿੱਚ ਚੱਲਦਾ ਪੰਥ ਹੈ ਜਿਹੜਾ, ਹਾਂਜੀ, ਉਹ ਗੁਰੂ ਹੈ। ਜੇ ਪੰਥ ਗੁਰੂ ਸਾਹਿਬ ਜੀ ਦੇ ਤਾਬਿਆ ਤੋਂ ਪਰਾਂ ਹੋ ਜਾਵੇ, ਜਿਸ ਤਰ੍ਹਾਂ ਹੋਇਆ, ਹਾਂਜੀ, ਜੇ ਇੱਕ ਇਤਿਹਾਸ ਵਿੱਚ ਵੀ ਹੋਇਆ, ਹੁਣ ਵੀ ਹੋਇਆ ਹੋਇਆ, ਜਿਹੜੇ ਪੰਥ ਨੂੰ ਕਲੇਮ ਕਰਦੀਆਂ ਜਥੇਬੰਦੀਆਂ ਨੇ, ਇੱਕ ਤਾਂ ਜਿਹੜਾ ਪੰਥ ਦੇ ਵਿੱਚ ਇੱਕ ਸਿਧਾਂਤ ਸੀ ਨਾ, ਜਿਹੜਾ ਚੱਲਦਾ ਵੀ ਹੀਰ ਹੈ, ਪੰਜਵਾਂ ਤਖ਼ਤ ਵੀ ਚੱਲਦਾ ਤਖ਼ਤ ਕਿਹਾ ਜਾਂਦਾ ਸੀਗਾ, ਜਿਹੜਾ ਮੌਕੇ ਤੇ ਪੰਥ ਦੀ ਮੁੱਖ ਧਾਰਾ 'ਚ ਕੰਮ ਕਰਦਾ ਹੋਵੇ। ਇਤਿਹਾਸ ਵਿੱਚ ਕਈ ਵਾਰੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਵੱਡੇ ਰੋਲ ਅਦਾ ਕੀਤੇ ਹੁੰਦੇ ਆ, ਉਹਨਾਂ ਦਾ ਬਹੁਤ ਵੇਜਰ ਰੋਲ ਰਿਹਾ ਹੁੰਦਾ ਆ, ਪਰ ਇਤਿਹਾਸ ਵਿੱਚ ਮੌਕਾ ਆਉਣ 'ਤੇ ਕਈ ਵਾਰੀ ਉਹ ਜਿਹੜਾ ਆ ਪੰਥ ਦੀ ਮੁੱਖ ਧਾਰਾ ਤੋਂ ਮਨੁੱਕਰ ਹੋ ਜਾਂਦੀਆਂ ਨੇ। ਅਸੀਂ ਦੇਖਿਆ ਆ ਬੁੱਢਾ ਦਲ ਜਿਹੜਾ ਪੰਥ ਦਾ ਆ, ਉਹਨੇ ਬਹੁਤ ਵੱਡੇ ਬਹੁਤ ਲੰਮਾ ਸਮਾਂ ਪੰਥ ਦੀ ਜਿਹੜੀ ਅਗਵਾਈ ਕੀਤੀ ਹੈ, ਪਰ ਜੇ ਅਸੀਂ ਕਹੀਏ ਪਿਛਲੇ 100 ਸਾਲਾਂ ਦੇ ਵਿੱਚ। ਸਾਡੇ ਨਾਲ ਕਾਲ 'ਤੇ ਨੇ ਦਰਸ਼ਕ, ਹਾਂਜੀ, ਹੈਲੋ। ਹਾਂਜੀ ਜੰਮੂ ਸਾਹਿਬ, ਤੁਹਾਨੂੰ ਅਤੇ ਮੈਂ ਆਪਣੇ ਗਗਨਦੀਪ ਸਿੰਘ ਹੋਰਾਂ ਨੂੰ ਅਤੇ ਡਾਕਟਰ ਖੁਸ਼ਹਾਲ ਸਿੰਘ ਹੋਰਾਂ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੂਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂਜੀ, ਕਿਵੇਂ, ਠੀਕ ਠਾਕ ਹੋ? ਬਿਲਕੁਲ ਵਧੀਆ ਜੀ, ਤੁਸੀਂ ਸੁਣਾਓ? ਭੂਗਲ ਸਾਹਿਬ ਜੀ, ਤੁਸੀਂ ਆਪਣਾ ਸਵਾਲ ਲੈ ਸਕਦੇ ਹੋ। ਜੀ ਬਹੁਤ ਬਹੁਤ ਧੰਨਵਾਦ ਗਗਨਦੀਪ ਜੀ। ਮੈਂ ਡਾਕਟਰ ਸਾਹਿਬ ਜੀ ਮੈਂ ਗੱਲ ਸੁਣ ਰਿਹਾ ਸੀ, ਬਿਲਕੁਲ ਮੈਂ 200% ਸਹਿਮਤ ਹਾਂ। ਅਤੇ ਜਿਹੜਾ ਜਿਹੜਾ ਜਿਹੜੇ ਜਿਹੜੇ ਜਿਹੜਾ ਜਿਹੜਾ ਪੂਰਾ ਗੁਰਮੁਖ ਹੈ ਉਹਦੇ ਕੋਲ ਸਿੱਖੀ ਸਰੂਪ ਵੀ ਹੈ, ਸਿੱਖੀ ਸਿਧਾਂਤ ਵੀ ਹੈ, ਦੋਨੋਂ ਚੀਜ਼ਾਂ ਚੱਲਦੀਆਂ ਨੇ। ਹਾਂਜੀ, ਜਿਹੜੇ ਕਈ ਵਾਰੀ ਗਗਨਦੀਪ ਸਿੰਘ ਜੀ, ਮੈਂ ਡਾਕਟਰ ਹੋਣਾ ਦੀ ਗੱਲ ਸੁਣੀ ਆ, ਮੈਂ ਬਿਲਕੁਲ ਸਹਿਮਤ ਹੈ ਇਹਦੇ ਨਾਲ, ਮੈਂ ਇਹਨਾਂ ਦੇ ਨਾਲ, ਕਿਉਂਕਿ ਜਿਹੜੇ ਸਿੱਖੀ ਸਰੂਪ ਦੇ ਸਿੱਖ ਨੇ ਅੱਜ, ਅਤੇ ਮਾਫ਼ ਕਰਨਾ, ਉਹ ਕਈ ਵਾਰੀ ਵੀ ਹੁੰਦੀ ਆ, ਭੂਗਲ ਸਾਹਿਬ ਇੱਧਰ ਆਓ ਯਾਰ, ਸਾਡੇ ਬਾਬਾ ਜੀ ਆਏ ਹੋਏ ਨੇ, ਸਾਡੇ ਮਹਾਂਪੁਰਸ਼ ਆਏ ਹੋਏ ਨੇ, ਸਾਡੇ ਫਲਾਣੇ ਜੀ ਆਏ ਹੋਏ ਨੇ, ਅਤੇ ਮੈਂ ਉਹਨਾਂ ਨੂੰ ਇੱਕੋ ਜਵਾਬ ਦਿੰਦਾ, ਉਹਨਾਂ ਵਿੱਚੋਂ ਅੱਜ ਹੁਣ ਸੁਣਦੇ ਵੀ ਹੋਣਗੇ, ਹਾਂਜੀ, ਮੈਂ ਉਹਨਾਂ ਨੂੰ ਇੱਕੋ ਜਵਾਬ ਦਿੰਦਾ ਹੁੰਦਾ, ਭਈ ਸਾਡੇ ਬਾਬੇ ਤੋਂ ਜਿਹੜੇ ਜਗਤ ਗੁਰੂ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਤੋਂ ਵੱਡੇ ਬਾਬਾ ਕੋਈ ਨਹੀਂ ਹੋਏ। ਹਾਂਜੀ ਬਿਲਕੁਲ ਜੀ, ਉਹਨਾਂ ਗੁਰੂ ਨਾਨਕ ਪਾਤਸ਼ਾਹ ਜੋ ਬਾਬਾ ਨੇ, ਮੈਨੂੰ ਨਾ ਕਿਹਾ ਕਰੋ, ਸਾਡੇ ਬਾਬਾ ਜੀ ਆਏ ਨੇ, ਦਰਸ਼ਨ ਕਰ ਲਓ, ਉਹਦੇ ਕੋਲ ਸਿੱਖੀ ਸਰੂਪ ਹੈਗਾ ਪਰ ਸਿੱਖੀ ਸਿਧਾਂਤ ਹੈ ਨੀ। ਹਾਂਜੀ ਠੀਕ, ਆਹ ਬਸ ਆਹੀ ਫਰਕ ਆ, ਜਿਹੜੇ ਡਾਕਟਰ ਸਾਹਿਬ ਨੇ ਗੱਲ ਕੀਤੀ ਬਿਲਕੁਲ ਠੀਕ, ਮੈਂ ਇਹਦੇ ਨਾਲ ਬਿਲਕੁਲ 100% ਸਹਿਮਤ ਹਾਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਇਸੇ ਕਰਕੇ ਜਦੋਂ ਮੈਨੂੰ ਗਗਨਦੀਪ ਸਿੰਘ ਜੀ, ਕਈਆਂ ਮਿੱਤਰਾਂ ਨੇ ਬਹੁਤ ਵਾਰੀ, ਕਈਆਂ ਸਾਲਾਂ ਦੀ ਗੱਲ ਆ, ਜਦੋਂ ਮੈਨੂੰ ਇੱਦਾਂ ਕਹਿੰਦੇ ਸੀ ਭੋਲ ਸਾਹਿਬ ਆਇਓ ਯਾਰ, ਸਾਡੇ ਸਾਰੇ ਮਹਾਂਪੁਰਸ਼ ਆਏ ਨੇ ਦਰਸ਼ਨ, ਤੇ ਉਹ ਤੋਂ ਬਾਅਦ ਮੈਂ ਆ 2-4 ਲਾਈਨਾਂ ਲਿਖੀਆਂ ਸੀ, ਉਹ ਪੇਸ਼ ਕਰਨੀਆਂ ਮੈਂ। ਹਾਂਜੀ ਹਾਂਜੀ ਜ਼ਰੂਰ ਜੀ, ਜ਼ਰੂਰ। ਜਿਹਨਾਂ ਸ਼ਬਦਾਂ ਰਾਹੀਂ ਮੈਂ ਡਾਕਟਰ ਖੁਸ਼ਹਾਲ ਸਿੰਘ ਹੋਣਾਂ ਦੀ ਪ੍ਰੋੜਤਾ ਕਰ ਰਿਹਾ। ਠੀਕ ਹੈ ਜੀ, ਕਰੋ। ਹਾਂਜੀ, ਆਪਣੇ ਜੰਮੂ ਸਾਹਿਬ ਜੀ ਲਿਖਿਆ ਬਈ, ਆਪੋ ਆਪਣੇ ਪੰਥ ਨੂੰ ਪਿਆਰ ਕਰੀਏ, ਆਪੋ ਆਪਣੇ ਪੰਥ ਨੂੰ ਪਿਆਰ ਕਰੀਏ, ਸੱਚੇ ਪੰਥ ਨੂੰ ਦੂਜੇ ਪੰਥ ਦੀ ਲੋੜ ਕੀ ਏ, ਓਏ ਜਿਹਦਾ ਪੰਥ ਹੀ ਖਾਲਸਾ ਪੰਥ ਹੋਵੇ, ਉਹਨੂੰ ਹੋਰ ਪੰਥ ਦੀ ਪਤਾ ਲੋੜ ਕੀ ਏ। ਠੀਕ ਹੈ ਜੀ, ਤੇ ਉਹਨਾਂ ਨੂੰ ਮੈਂ ਜਵਾਬ ਦੇਣਾ, ਯਾਰ ਤੁਸੀਂ ਕਿੱਧਰ ਨੂੰ ਤੁਰੇ ਹੋਏ ਆ, ਆਪੋ ਆਪਣੇ ਪੰਥ ਨੂੰ ਪਿਆਰ ਕਰੀਏ, ਸੱਚੇ ਪੰਥ ਨੂੰ ਦੂਜੇ ਪੰਥ ਦੀ ਲੋੜ ਕੀ ਏ, ਓਏ ਜਿਹਦਾ ਪੰਥ ਹੀ ਖਾਲਸਾ ਪੰਥ ਹੋਵੇ, ਉਹਨੂੰ ਹੋਰ ਪੰਥ ਦੀ ਭਲਾ ਲੋੜ ਕੀ ਏ, ਬਈ ਜਿਹਦੇ ਨਾਲ ਲਾਈਏ ਤੋੜ ਨਿਭਾ ਛੱਡੀਏ, ਜਿਹਦੇ ਨਾਲ ਲਾਈਏ ਤੋੜ ਨਿਭਾ ਛੱਡੀਏ, ਆਪਣਾ ਹੋਵੇ ਤਾਂ ਹੋਰ ਗ੍ਰੰਥ ਦੀ ਲੋੜ ਕੀ ਏ, ਓਏ ਗੁਰੂ ਗ੍ਰੰਥ ਜਿਹਾ ਗ੍ਰੰਥ ਜਿਹਦੇ ਕੋਲ ਹੋਵੇ, ਉਹਨੂੰ ਹੋਰ ਗ੍ਰੰਥ ਦੀ ਭਲਾ ਲੋੜ ਕੀ ਏ, ਯਾਰੋ ਉਹਨੂੰ ਹੋਰ ਗ੍ਰੰਥ ਦੀ ਭਲਾ ਲੋੜ ਕੀ ਏ, ਬਈ ਧਰਮ ਨਿਭਾਉਣ ਤੋਂ ਜਿਹੜਾ ਅਸਮਰਥ ਹੋਵੇ, ਅਧੂਰਾ ਬੰਦਾ ਮਤਲਬ, ਧਰਮ ਨਿਭਾਉਣ ਤੋਂ ਜਿਹੜਾ ਅਸਮਰਥ ਹੋਵੇ, ਉਹਨੂੰ ਧਰਮੀ ਅਖਵਾਉਣ ਦੀ ਲੋੜ ਕੀ ਏ, ਓਏ ਸੱਚ ਕੋਲੋਂ ਲੈ ਛੱਡਿਆ ਜੇਕਰ ਸੰਨਿਆਸ ਹੋਵੇ, ਕਾਨੀ ਟਿੰਡ ਚ ਪਾਉਣ ਦੀ ਲੋੜ ਕੀ ਏ,
पर साडे करदे ने धर्म निभाउण तों जिहड़ा असमर्थ होवे उहनूं धर्मी अखवाउण दी लोड की है। ओए सच कोलों लै छड्या जेकर सन्यास होवे कानी टिंड च पाउण दी लोड की है। बई जिहड़ा कुल मालक दा पाक पुजारी होवे जिहड़ा कुल मालक दा पाक पुजारी होवे उहनूं माया धारी अगे झुकण दी लोड की है। ओए जिहदे सिर ते गुरु दा हथ होवे उहनूं राहां च रुकण दी लोड की है। यारो जिहदे सिर ते गुरु दा हथ होवे उहनूं राहां च रुकण दी लोड की है। उहनूं राहां च रुकण दी भला लोड की है। जम्मू साहब डॉक्टर साहब आखिरी चार लाइनां बोल के तुहाडे खिमा ठीक है जी ठीक। बई जिसनूं अपने गुरु ते दृढ़ विश्वास होवे जिसनूं अपने गुरु ते दृढ़ विश्वास होवे उहनूं होर गुरु दी लोड़ की है। जिहदा गुरु ही गुरु नानक होवे उहनूं किसे होर गुरु दी लोड़ की है। आ मैं सत करदा ना अपने मित्रां नूं जिहड़ा सुन लाउंदे कई वार ठीक है जी ठीक। जिसनूं अपने गुरु ते दृढ़ विश्वास होवे उहनूं होर गुरु दी लोड़ की है। ओए जिहदा गुरु ही गुरु नानक होवे उहनूं किसे होर गुरु दी लोड़ की है। बई नानक निरंकारी दी सिक्खी नहीं जेकर रास आउंदी। मैं कईआं नूं कही आई गल नानक निरंकारी दी सिक्खी नहीं जेकर रास आउंदी गुरु नानक दा सिखाउण दी लोड़ की है। ओए जेकर अपना बापू भोगल अपने कोल होवे फिर दूजा बापू बनाउण दी लोड़ की है। ओए जेकर अपना बापू भोगल अपने कोल होवे फिर दूजा बापू बनाउण दी लोड़ की है। यारो दसो फिर दूजा बापू बनाउण दी लोड़ की है। ठीक है तुसीं छड क्यों किधर नूं तुरे होए आ महामार्ग ते पाया सी क्यों डंडी ओ डंडी पै गए हो। भोगल साहब बहुत बहुत शुक्रिया तुहाडा जी। बहुत धन्यवाद जम्मू साहब बहुत धन्यवाद प्यार भरी सत श्री अकाल। सत श्री अकाल। हां जी ਹੁਣ ਵਧਦੇ ਅਸੀਂ ਅਗਲੇ ਸਵਾਲ ਵੱਲ। ਮੈਂ ਅਗਲਾ ਸਵਾਲ ਜਿਹੜਾ ਆ ਮੈਨੂੰ ਇਸੇ 'ਚ ਹੀ ਲੱਗਦਾ ਵੀ ਜਿਹੜਾ ਇੱਕ ਪੱਖ ਹੋਰ ਜਿਹੜਾ ਨਾ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸੀਗਾ ਉਹ ਇਹ ਸੀਗਾ ਵੀ ਜਿਹੜਾ ਪੰਜ ਪ੍ਰਧਾਨੀ ਦਾ ਜਿਹੜਾ ਉਹਨਾਂ ਨੇ ਸਿਸਟਮ ਬਣਾਇਆ ਸੀਗਾ ਪੰਜ ਪਿਆਰਿਆਂ ਦਾ ਪੰਜ ਪ੍ਰਧਾਨੀ ਦਾ ਉਹਨੂੰ ਵੀ ਜਿਹੜਾ ਬਾਅਦ ਦਾ ਸਿਸਟਮ ਸਾਡਾ ਦੇਖਦੇ ਹਾਂ ਜਿਹੜੇ ਪੈਰੋਕਾਰ ਨੇ ਉਹਨਾਂ ਨੇ ਇਸ ਦੌਰ ਦੇ ਵਿੱਚ ਉਹਨੂੰ ਬਹੁਤ ਵੱਡੀ ਸੱਟ ਲਾਈ ਹੈ। ਤਾਂ ਜਿਹੜਾ ਜਮਹੂਰੀ ਪ੍ਰਬੰਧ ਉਹਨਾਂ ਨੇ ਨਿਜ਼ਾਮ ਇੱਕ ਸਿਰਜਿਆ ਸੀਗਾ ਬਣਾਇਆ ਸੀਗਾ ਉਹਨੂੰ ਵੀ ਸੱਟ ਲੱਗੀ ਹੈ। ਉਹਨੂੰ ਦੁਬਾਰਾ ਜੇ ਅਸੀਂ ਮੰਨਦੇ ਹਾਂ ਕਿ ਜੇ ਜਿਹੜੇ ਆਪਣੇ ਆਪ ਨੂੰ ਪੈਰੋਕਾਰ ਕਹਿੰਦੇ ਉਹਨਾਂ ਨੂੰ ਉਸ ਸਿਸਟਮ ਦੇ ਉੱਪਰ ਚੱਲਣਾ ਚਾਹੀਦਾ ਨਹੀਂ ਤਾਂ ਜਿਹੜਾ ਪੰਥ ਆ ਜਿਹੜੇ ਉਹਨਾਂ ਦੇ ਵਿੱਚ ਹੋਰ ਪਾਟੋ ਧਾੜ ਜਿਹੜੀ ਆ ਪੈਂਦੀ ਜਾਏਗੀ ਅਤੇ ਜਿਹੜੇ ਉਹ ਗਿਣਤੀ ਹੈ ਜਿਹੜੀ ਹੋਰ ਘਟੇਗੀ। ਇਸ ਕਰਕੇ ਜਿਹੜੇ ਗੁਰੂ ਸਾਹਿਬ ਨੇ ਜਿਹੜੇ ਆਈਡੀਅਲ ਸੀਗੇ ਜਿਹੜੇ ਗੋਲ ਸੀਗੇ ਉਸ ਸਮੇਂ ਦੇ ਸਥਾਪਿਤ ਕੀਤੇ ਹੋਏ ਜਿਹੜੇ ਅੱਜ ਵੀ ਉਸੇ ਤਰੀਕੇ ਨਾਲ ਅੱਗੇ ਵਧਾਉਣ ਦੀ ਲੋੜ ਹੈ। ਜਿਵੇਂ ਬਾਬੇ ਨਾਨਕ ਨੇ ਕਿਰਤ ਕਰੋ ਦਾ ਸਿਧਾਂਤ ਦਿੱਤਾ ਸੀ ਦਸਵੇਂ ਗੁਰੂ ਨੇ ਪੰਚ ਪ੍ਰਧਾਨੀ ਦਾ ਸਿਸਟਮ ਦਿੱਤਾ ਇਹਨਾਂ ਦੇ ਉੱਪਰ ਕਿਰਤ ਕਰੋ ਵੰਡ ਛਪੋ ਨਾਮ ਜਪੋ ਜਤ ਜਿਹੜਾ ਇਹ ਹੈ ਇਹ ਅੱਗੇ ਚੱਲਿਆ ਅਤੇ ਉਹਦੇ ਤੋਂ ਅੱਗੇ ਜਿਹੜਾ ਜਮਹੂਰੀ ਨਿਜ਼ਾਮ ਜਿਹੜਾ ਦਸਵੇਂ ਗੁਰੂ ਨੇ ਬਣਾਇਆ ਸੀਗਾ ਉਹਦੇ ਉੱਪਰ ਵੀ ਮੇਰਾ ਖਿਆਲ ਪ੍ਰੈਸ ਸਾਹਿਬ ਇਸ ਗੱਲ ਦੇ ਉੱਪਰ ਵੀ ਪਹਿਰਾ ਦੇਣ ਦੀ ਮੈਨੂੰ ਲੱਗਦਾ ਵੀ ਬਹੁਤ ਲੋੜ ਹੈ ਜੇ ਸਿੱਖ ਪੰਥ ਨੇ ਅੱਗੇ ਵਧਣਾ। ਨਹੀਂ ਤਾਂ ਜਿਸ ਢੰਗ ਨਾਲ ਚੱਲ ਰਿਹਾ ਅੱਜ ਕੱਲ੍ਹ ਜੋ ਕੁਝ ਹੋ ਰਿਹਾ ਉਹਦੇ ਨਾਲ ਮੈਨੂੰ ਲੱਗਦਾ ਵੀ ਇਹ ਜਿਹੜੀ ਤਾਕਤ ਹੈ ਉਹ ਖਿੰਡਦੀ ਜਾਏਗੀ ਅਤੇ ਇਹਦਾ ਨੁਕਸਾਨ ਜਿਹੜਾ ਹੋਰ ਵੀ ਵੱਡੇ ਪੱਧਰ 'ਤੇ ਹੋਏਗਾ। ਹਾਂਜੀ ਜੰਮੂ ਸਾਹਿਬ ਤੁਹਾਡੇ ਲਈ ਇੱਕ ਸਵਾਲ ਹੈ ਕਿ ਕਰਤਾਰਪੁਰ ਲਾਂਘਾ ਜਿਹੜਾ 2 ਸਾਲ ਪਹਿਲਾਂ ਅੱਜ ਦੇ ਦਿਨ ਖੁੱਲ੍ਹਿਆ ਸੀਗਾ ਅਤੇ ਹੁਣ ਕਦੋਂ ਖੁੱਲ੍ਹੇਗਾ ਜਾਂ ਇਸ 'ਤੇ ਵਿਚਾਰ ਕਰਨ ਦੀ ਲੋੜ ਹੈ ਜਾਂ ਮਤਲਬ ਜੇ ਇਹ ਜਿਹੜੇ ਆ ਸਿਆਸੀ ਕਰਨ ਕਰਕੇ ਇਹ ਜਿਹੜੇ ਆ ਇਹ ਬੰਦ ਰਹੇਗਾ ਜਾਂ ਇਹ ਨਹੀਂ ਖੁੱਲ੍ਹ ਪਾ ਰਿਹਾ। ਦੇਖੋ ਬੰਦ ਕਰਨ ਵੇਲੇ ਤਾਂ ਇਹ ਸੀਗਾ ਪ੍ਰੈਸ ਸਾਹਿਬ ਮਤਲਬ ਮੈਨੂੰ ਕਰੈਕਟ ਕਰ ਦੇਣ ਮਤਲਬ ਕਰੋਨਾ ਜਿਹੜਾ ਕਾਲ ਆ ਗਿਆ ਸੀ ਕਰੋਨਾ ਕਰਕੇ ਕਰੋਨਾ ਨਾਲ ਸਾਡੇ ਨੇ ਪੂਰੀ ਦੁਨੀਆ ਦੇ ਵਿੱਚ ਕਰੋਨਾ ਦੀ ਜਿਹੜੀ ਬਿਮਾਰੀ ਆ ਉਹ ਫੈਲ ਗਈ ਸੀਗੀ ਅਤੇ ਇਹ ਹੋ ਗਿਆ ਸੀ ਵੀ ਕਰੋਨਾ ਦੇ ਵਿੱਚ ਹਰ ਇੱਕ ਦੇਸ਼ ਨੂੰ ਮਤਲਬ ਅਸੀਂ ਸਾਰਿਆਂ ਨੇ ਮਤਲਬ ਜਿਨ੍ਹਾਂ ਨੂੰ ਵੀ ਕਿਸੇ ਪਾਸੇ ਨੂੰ ਵੀ ਕਰੋਨਾ ਦਾ ਥੋੜ੍ਹਾ ਬੜਾ ਵੀ ਜਿਹੜੀ ਮਾਰਾਮਾਰੀ ਸੀਗੀ ਉਹਦੇ ਵਿੱਚ ਇਹ ਸੀ ਵੀ ਅਸੀਂ ਸਾਰੇ ਸੋਸ਼ਲ ਡਿਸਟੈਂਸ 'ਤੇ ਆ ਗਏ ਸੀਗੇ ਉਸ ਦੌਰਾਨ ਜਿਹੜਾ ਇਹਨੂੰ ਬੰਦ ਕਰ ਦਿੱਤਾ ਗਿਆ ਇਸ ਲਾਂਘੇ ਨੂੰ। ਇਸ ਲਾਂਘੇ ਨੂੰ ਬੰਦ ਕਰਨ ਦੇ ਦੌਰਾਨ ਹੀ ਕਈ ਹੋਰ ਵੀ ਜਿਹੜਾ ਸਾਡੇ ਪਾਕਿਸਤਾਨ ਨਾਲ ਸੰਬੰਧ ਵੀ ਵਿਗੜੇ ਉਹ ਵੀ ਇੱਕ ਕਾਰਨ ਜਿਹੜਾ ਬਣਿਆ ਅਤੇ ਹੁਣ ਮਤਲਬ ਕਰੋਨਾ ਦਾ ਜਿਹੜਾ ਉਹ ਜਿਹੜਾ ਪਾਣੀ ਆ ਹੁਣ ਲੈ ਗਿਆ ਸਾਡੇ ਦੇਸ਼ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਰੋਨਾ ਜਿਹੜਾ ਉਸ ਪੱਧਰ ਦੇ ਉੱਪਰ ਹੈ ਨਹੀਂ ਟਾਵੇਂ ਕੋਈ ਟਾਵੇਂ ਟਾਵੇਂ ਕੇਸ ਹੁੰਦੇ। ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ
सारी टीम बहुत वधिया प्रोग्राम एविडेंस दिंदे आ, बहुत वधिया दा। पर मैं एक विचार अज किसानां दे बारे सुन रहा सीगा। हां जी, उत्थे गल एक वारी कहिंदे जे तुसीं आओ ते असीं कल ही निबेड़ दिंदे आ। ਲਖਪਾਲ ਸਾਹਿਬ ਕਹਿੰਦੇ ਤੁਸੀਂ ਬੁਲਾਉਂਦੇ ਕਰੋ, ਹਾਂਜੀ ਜੇ ਤਾਂ ਬੁਲਾਓ ਕੱਲ ਨੂੰ ਨਿਬੇੜ ਦੋ, ਹੁਣੇ ਨਿਬੇੜ ਦਿਓ। ਉਹ ਕਹਿੰਦੇ ਸ਼ਰਤਾਂ ਤੁਸੀਂ ਬੋਲੋ, ਤੁਸੀਂ ਬੋਲੋ। ਕਹਿੰਦੇ ਸਾਡੀ ਪਹਿਲੀ ਸ਼ਰਤ ਇਹੀ ਹੈ, ਤੁਸੀਂ ਇਹ ਗੱਲ ਦਾ ਵਿਚਾਰ ਹੀ ਛੱਡ ਦਿਓ ਕਿ ਅਸੀਂ ਇਹਦੇ ਕਾਨੂੰਨ ਵਾਪਸ ਲੈ ਬਿਨਾਂ ਤੁਹਾਡੇ ਨਾਲ ਗੱਲ ਕਰਾਂਗੇ, ਤੁਸੀਂ ਸਾਨੂੰ ਬੁਲਾਓ ਤਾਂ ਸਹੀ ਕਰਨਾ। ਉਹ ਕਹਿੰਦੇ ਅਸੀਂ ਬੁਲਾਈਏ ਕਿਵੇਂ, ਤੁਸੀਂ ਛੱਡਣਾ ਨੀ, ਠੀਕ ਹੈ ਨਾ। ਹਾਂਜੀ ਹਾਂਜੀ। ਤੇ ਦੂਜਾ ਇਹ ਨਿਬੜਨਾ ਪਤਾ ਨੀ ਕਿਵੇਂ ਨਿਬੜਨਾ, ਇਹ ਬੁਲਾਉਣਾ ਨੀ, ਇਹਨਾਂ ਨੇ ਛੱਡਣਾ। ਕਾਨੂੰਨ ਜਿੱਤੇ ਬਣਾ ਮਤਲਬ ਜਿੱਤੇ ਬਣਾ ਇਹਨਾਂ ਨੇ ਹਿੱਲਣਾ ਨੀ। ਅਸੀਂ ਵੀ ਨੀ ਕਹਿੰਦੇ ਵੀ ਜੇ ਇਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਆ, ਕਾਨੂੰਨ ਛੱਡ ਦੇਣੇ ਚਾਹੀਦੇ ਆ। ਘਰਾਂ ਨੂੰ ਜਾਂ ਵਿਚਾਰੇ 700 ਬੰਦਾ ਸਾਡਾ ਮਰ ਚੁੱਕਿਆ, ਇਹ ਹੁਣ ਤਰਸੀ ਨੀ ਆਉਂਦੀ ਕੋਲ ਮੈਨੂੰ। ਮੋਦੀ ਨਾਲ ਕੁੱਤੀ ਮਰ ਜਾਂਦੀ ਆ ਤਾਂ ਉਹ ਸਿਆਪਾ ਕਰਨ ਬਹਿ ਜਾਂਦੇ, ਹਾਏ ਜੇ ਹੋ ਗਿਆ ਉਹ ਹੋ ਗਿਆ। ਹਾਂਜੀ ਠੀਕ ਹੈ, ਠੀਕ ਹੈ। ਤੁਸੀਂ ਆਪਣਾ ਨਾਂ ਨੀ ਦੱਸਿਆ ਜੀ। ਸਾਗਰ ਬੋਲ ਰਹੇ ਜੀ। ਅੱਛਾ ਜੀ, ਸਾਗਰ ਜੀ, ਸਾਗਰ ਲੰਡਨ ਤੋਂ ਬੋਲ ਰਹੇ ਆ। ਤੇ ਦੂਜੀ ਅੱਜ ਲਾਂਘੇ ਦੀ ਗੱਲ ਚੱਲ ਰਹੀ ਸੀ, ਅੱਜ ਅੱਜ ਬਾਬਾ ਬਕਾਲਾ ਪਹੁੰਚੇ ਹੋਏ ਆ ਆਪਣੇ ਸਿੱਧੂ ਸਾਹਿਬ, ਉਹਨਾਂ ਦਾ ਵੀ ਬੜਾ ਡੇਰਾ ਦੇਣ। ਬਾਬਾ ਬਕਾਲਾ ਨੀ ਜੀ, ਡੇਰਾ ਬਾਬਾ ਨਾਨਕ ਪਹੁੰਚੇ ਆ ਜੀ। ਹਾਂ ਸੋਰੀ ਸੋਰੀ, ਮੇਰਾ ਇੰਨਾ ਸ਼ਾਇਦ ਭੁੱਲ ਗਿਆ ਹੋਵਾਂ। ਉਹ ਦਿਖਾ ਰਹੇ ਸੀਗੇ ਕਿ ਇਹ ਫੁੱਲ ਨਹੀਂ ਚਾਹੀਦਾ, ਇਹਨੂੰ ਪਾਕਿਸਤਾਨ ਸਰਕਾਰ ਨੇ ਰੋਕਿਆ, ਇਹ ਸਾਡੀ ਗੌਰਮੈਂਟ ਹੈ ਜਿਹੜੀ ਇਹ ਅੜਿੱਕਾ ਲਾ ਰਹੀ ਹੈ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਸਾਗਰ ਜੀ, ਤੁਸੀਂ ਆਪਣਾ ਸਵਾਲ ਕਹਿ ਲਓ ਜੀ। ਹਾਂਜੀ, ਕੀ ਕਹਿਣਾ, ਹੋਰ ਕੀ ਕਹਿਣਾ ਚਾਹੁੰਦੇ ਤੁਸੀਂ? ਉਹ ਤਾਂ ਇਹ ਸੀਗਾ ਕਿ ਜਿਹੜਾ ਕੁਛ ਇਹਨਾਂ ਨੂੰ ਬਾਬਾ ਬਕਾਲਾ ਦਾ ਖੋਲਣਾ ਚਾਹੀਦਾ, ਗੁਰਦੁਆਰੇ ਦਰਸ਼ਨ ਹੋਣੇ ਚਾਹੀਦੇ, ਸਾਡੀ ਸੰਗਤ ਨੂੰ ਜਾਣਾ ਚਾਹੀਦਾ, ਸਾਡੀ ਸੰਗਤ ਫਿਰੇ ਜਾਵੇ, ਸ਼ਾਮ ਨੂੰ ਦਰਸ਼ਨ ਕਰਕੇ ਆ ਜਾਵੇ, ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ। ਤੇ ਹੁਣ ਵੇਲਾ ਛੋਟਾ ਜਿਹਾ ਅੰਤਰਾਲ ਦਾ, ਮਿਲਦੇ ਹਾਂ ਅੰਤਰਾਲ ਤੋਂ ਬਾਅਦ।